ਰਹਿਣ ਸਹਿਣ ਦਾ ਨਹੀਂ ਪਤਾ ਕਰ ਬਾਹਰ ਛੱਡ ਆਇਆ ਤੂੰ ਕਰਦੀ ਨਾ ਹਾਂ ਲੱਗੇ ਮਾਰਾਂਗੇ ਕਵਾਰਾ ਨਹੀਂ ਤੂੰ ਜ਼ਿੰਦਗੀ ਮੇਰੀ ਚ ਕੈਸਾ ਬਣ ਗਈ ਪਵਾੜਾ ਤੁਰੇ ਹੌਲੀ ਹੌਲੀ ਚਾਲ ਰੱਖ ਅੱਖ ਜੀ ਓ ਮਾਈ ਗਾਡ ਗਾਣ ਦੇ ਨਾ ਕੋਈ ਗਾਲ ਨਹੀਂ ਮੇਰੇ ਦਾਦੇ ਨੇ ਮੇਰੀ ਰਾਤੀ ਹਾਜ਼ਰੀ ਲਵਾਤੀ ਮੈਨੂੰ ਕੋਈ ਲੋੜ ਨਹੀਂ ਗਾਣ ਦੀ ਇਹਨਾਂ ਦੇ ਪ੍ਰਧਾਨ ਕੀ ਦਿਮਾਗ ਨੂੰ ਚੜ ਗਈ ਅ ਜਿੱਥੇ ਪ੍ਰਧਾਨ ਕੀ ਦਿਮਾਗ ਨੂੰ ਚੜ ਜਾਂਦੀ ਹੈ ਨਾ ਉਹ ਕਾਮਯਾਬ ਨਹੀਂ ਹੁੰਦੇ ਲੋਕ ਬਣਾਈ ਤੂੰ ਨੇ ਸੀਨੇ ਮੈਂ ਨਹੀਂ ਮੰਨਦਾ ਕਿ ਗੁਰੂ ਨਾਨਕ ਨੇ ਕੋਈ ਧਰਮ ਚਲਾਇਆ ਥਾ। ਹਾਂਜੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਕੋਈ ਰੋਸਟ ਵੀਡੀਓ ਨਹੀਂ ਹੈਗੀ। ਤੁਸੀਂ ਚਾਹੋ ਨੀ ਆ ਜੇ ਤਾਂ ਤੁਸੀਂ ਸਕਿਪ ਕਰ ਸਕਦੇ ਆ, ਬੰਦ ਕਰ ਸਕਦੇ ਆ ਕਿਉਂਕਿ ਅੱਜ ਗੱਲ ਆਪਾਂ ਸੀਰੀਅਸ ਟੌਪਿਕ ਤੇ ਕਰਾਂਗੇ। ਭਗਤ ਕਬੀਰ ਜੀ ਕਹਿੰਦੇ ਆ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਮਤਲਬ ਜਿਹੜੇ ਆ ਹਾ ਅੱਜਕਲ ਨਕਲੀ ਬਾਬੇ ਬਣੇ ਫਿਰਦੇ ਆ ਨਾ ਇਹਨਾਂ ਨੂੰ ਹਰੀ ਕੇ ਸੰਤ ਨਹੀਂ ਕਹਿਣਾ ਚਾਹੀਦਾ ਇਹ ਬਨਾਰਸ ਦੇ ਠੱਗੇ ਆ ਬਨਾਰਸ ਦੇ ਠੱਗ ਦਾ ਮਤਲਬ ਹੈਗਾ ਕਿ ਬਨਾਰਸ ਨਾ ਇਸ ਲਈ ਕਾਫੀ ਮਸ਼ਹੂਰ ਆ ਕਿ ਉੱਥੇ ਬਹੁਤ ਵਿਦਵਾਨ ਤੇ ਪੰਡਿਤ ਰਹਿੰਦੇ ਆ ਪਰ ਉੱਥੇ ਹੀ ਕੁਝ ਲੋਕ ਨਾ ਨਕਲੀ ਬਾਬੇ ਬਣ ਕੇ ਬੈਠੇ ਨਕਲੀ ਵਿਦਵਾਨ ਬਣ ਕੇ ਬੈਠੇ ਨਕਲੀ ਪੰਡਿਤ ਬਣ ਕੇ ਬੈਠੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈਗਾ ਕੋਈ ਗਿਆਨ ਨਹੀਂ ਹੈਗਾ ਕੋਈ ਵਿਦਿਆ ਨਹੀਂ ਹੈਗੀ ਪਰ ਉਹ ਆਪਣੇ ਨਾ ਚੁਲਾਕੀਆਂ ਦੇ ਨਾਲ ਲੋਕਾਂ ਨੂੰ ਠੱਗਦੇ ਆ ਲੋਕਾਂ ਦਾ ਪੈਸਾ ਠੱਗਦੇ ਆ ਤੇ ਉਹਨਾਂ ਨੂੰ ਇਸ ਲਈ ਕਿਹਾ ਹੈ ਕਿ ਉਹ ਬਨਾਰਸ ਦੇ ਠੱਗ ਆ ਮੈਂ ਸਿੰਧ मैं नहीं मानता कि गुरु नानक ने कोई धर्म चलाया था मैं नहीं मानता मैं तो ये मानता हूं कि उन्होंने जो धर्म में करप्ट सिस्टम बन चुका था मजहबों में उसके बारे में बात ਸਿੱਕ ਸੰਗਤਾਂ ਦੇ ਪੈਸੇ ਤੇ ਤੁਸੀਂ ਐਸ਼ ਕਰਕੇ ਸਿੱਕ ਸੰਗਤਾਂ ਦੇ ਪੈਸੇ ਤੇ ਤੁਸੀਂ ਮਹਿੰਗੇ ਮਹਿੰਗੇ ਕੱਪੜੇ ਪਾਉਨੇ ਆ ਸਿੱਕ ਸੰਗਤਾਂ ਦੇ ਪੈਸੇ ਤੇ ਤੁਸੀਂ ਲਗਜ਼ਰੀ ਗੱਡੀਆਂ ਚ ਘੁੰਮਦੇ ਆ ਸਿੱਕ ਸੰਗਤਾਂ ਦੇ ਪੈਸੇ ਤੋਂ ਤੁਸੀਂ ਵਰਲਡ ਟੂਰ ਵੀ ਕਰ ਚੁੱਕੇ ਆ ਤੇ ਉਹਦੇ ਤੋਂ ਬਾਅਦ ਤੁਸੀਂ ਕਹਿੰਦੇ ਆ ਕਿ ਸਿੱਖ ਧਰਮ ਹੀ ਹੈ ਨੀਗਾ ਇਤੋਂ ਵੱਡਾ ਕੋਈ ਕਦਰ ਹੁੰਦਾ ਬੰਦਾ ਜ਼ਰੂਰੀ ਨਹੀਂ ਕਿ ਸਾਰੇ ਲੋਕ ਸਾਨੂੰ ਸਮਝ ਸਕਣ ਕਿਉਂਕਿ ਤੱਕੜੀ ਵੇਟ ਦੱਸ ਸਕਦੀ ਹੈ ਚੀਜ਼ ਦੀ ਕੁਆਲਿਟੀ ਨਹੀਂ ਦੱਸ ਸਕਦੀ ਆਏ ਹਾਏ 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 ਆਏ ਹਾਏ 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 ਬਾਬੇ ਨੇ ਨਾ ਆਪਣੇ ਕੈਰੀਅਰ ਦਾ ਫੈਸਲਾ ਥੋੜਾ ਜਲਦੀ ਕਰ ਲਿਆ ਸੀ ਨਾ ਜਲਦੀ ਚੂਜ਼ ਕਰ ਲਿਆ ਸੀਗਾ ਕਿ ਮੈਂ ਬਾਬਾ ਬਣਨਾ ਜੇ ਥੋੜਾ ਟਾਈਮ ਰੋਕ ਲੈਂਦਾ ਨਾ ਤਾਂ ਪੱਕੇ ਇਹਨੇ ਰੀਲਾ ਬਣਾਉਣ ਵਾਲੇ ਬਣਨਾ ਸੀਗਾ ਜਿੰਨੇ ਇਹਨੂੰ ਸ਼ੌਂਕ ਆ ਰੀਲਾ ਪਾਉਣ ਦਾ ਸਹਾਰੇ ਲੱਪਣ ਦੀ ਲੋੜ ਨਹੀਂ ਸਾਨੂੰ ਕੱਲ੍ਹ ਹੀ ਮਹਿਫਲਾਂ ਵਰਗੇ ਆ ਬਾਬਾ ਜੀ ਤੁਸੀਂ ਕੋਈ ਸੰਗਤ ਦੀ ਗੱਲ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦੀ ਗੱਲ ਕਰੋ ਮਹਿਫਲ ਸ਼ਬਦ ਤੁਸੀਂ ਛੱਡੋ ਪਰੇ ਉਹ ਗਾਣੇ ਗੂਣੇ ਗਾਉਣ ਵਾਲਿਆਂ ਲਈ ਛੱਡ ਦਿਓ ਉਹਨੂੰ ਤੁਹਾਡੇ ਮੂੰਹੋਂ ਦੱਸੋ ਵਧੀਆ ਲੱਗਦਾ ਮਹਿਫਲ ਸ਼ਬਦ ਇਹਦੇ ਤੋਂ ਅੱਗੇ ਨਾ ਮੈਂ ਕਲਿੱਪ ਦਿਖਾ ਨਹੀਂ ਸਕਦੀ ਬਹੁਤ ਹੀ ਵਾਹੀਅਤ ਬਹੁਤ ਹੀ ਗੰਦੀ ਆ ਮਤਲਬ ਯਾਰ ਪਿੱਛੇ ਨੇ ਦੁਨੀਆ ਬੈਠੀ ਅੰਨੀ ਆ ਜਿਹੜੀ ਕੁੜੀ ਦੇ ਨਾਲ ਐਦਾਂ ਹੋਣ ਲੱਗਾ ਉਹ ਅੰਨੀ ਆ ਉਹਨੂੰ ਕਿੱਦਾਂ ਉਹ ਟੱਚ ਕਰਦਾ ਨਾ ਬਾਬਾ ਮਤਲਬ ਬਹੁਤ ਡਿਸਗਸਟਿੰਗ ਜਿਹੀ ਚੀਜ਼ ਆ ਐਨੇ ਯਾਰ ਪਾਗਲ ਲੋਕ ਕਿ ਕਿੱਦਾਂ ਹੋ ਸਕਦੇ ਐਨੀ ਅਨਪੜਤਾ ਕਿੱਦਾਂ ਹੋ ਸਕਦੀ ਆ ਲੋਕਾਂ ਦੇ ਵਿੱਚ ਮਾਂ

ਜਦੋਂ ਕੋਈ ਮਰਮਰ ਆ ਗਿਆ ਹਨਾ ਫਿਰ ਬਾਬੇ ਨੂੰ ਅਕਲ ਲੈਣੀ ਜਿੱਦੋਂ ਬਾਬੇ ਦੇ ਸਿਰ ਤੇ ਕੇਸ ਪੈਣਾ ਤੇ ਜੇਲ੍ਹ ਜਾਣਾ ਪੈਣਾ ਆ ਜੇ ਕਿ ਸਾਮੇ ਤੇ ਲੋਕੀ ਇਹਦੇ ਕੋਲ ਕੀ ਕਰਨ ਆਉਂਦੇ ਆਪਣੇ ਨਿਆਣੇ ਕਟਵਾਉਣ ਆਉਂਦੇ ਆਪਣੇ ਨਿਆਣੇ ਨੂੰ ਮੋਲੇਸਟ ਕਰਵਾਉਣ ਆਉਂਦੇ ਆ ਸ਼ਰਮ ਆਣੀ ਚਾਹੀਦੀ ਇਦਾਂ ਦੇ ਲੋਕਾਂ ਨੂੰ ਵੀ ਤੇ ਬਾਬੇ ਨੂੰ ਤਾਂ ਸ਼ਰਮ ਹੈ ਹੀ ਨਹੀਂਗੀ ਇਹ 2006-07 ਦੀ ਰਿਪੋਰਟ ਦੇ ਹਿਸਾਬ ਦੇ ਨਾਲ ਨਾ ਪੰਜਾਬ ਦੇ ਵਿੱਚ 9000 ਡੇਰਾ ਸੀਗਾ ਉਸ ਟਾਈਮ ਤੇ ਅੱਜ 2024 ਦੇ ਵਿੱਚ ਇਹ ਮਤਲਬ ਦੁੱਗਣਾ ਹੋ ਸਕਦਾ ਹੈ ਆ ਅੰਕੜਾ 9000 ਤੋਂ 18000 ਹੋ ਸਕਦਾ ਹੈ ਡੇਰਾ ਪੰਜਾਬ ਦੇ ਵਿੱਚ ਕੁੱਲ 12000 ਪੈਂਡਿਆ ਤਕਰੀਬਨ ਤਕਰੀਬਨ 12000 ਦੇ ਕਰੀਬ ਪੈਂਡਿਆ ਕੋਈ ਵੀ ਬੰਦਾ ਆ ਕਿਸੇ ਵੀ ਧਰਮ ਦਾ ਆ ਜੇ ਕਹੀਏ ਨਾ ਅੱਜ ਕੱਲ ਲੋਕ ਕਿ ਜਾਂਦੇ ਹੀ ਕਿਉਂ ਅਡੇਰਿਆਂ ਵੱਲ ਨੂੰ ਇਹਦੇ ਪਿੱਛੇ ਨਾ ਜਿਹੜਾ ਸਭ ਤੋਂ ਮੇਨ ਰੀਜ਼ਨ ਆ ਉਹ ਹੈਗਾ ਕਿ ਲੋਕਾਂ ਨੂੰ ਬਾਹਰ ਜਾਣ ਦਾ ਹੈ ਕਿ ਸਾਡਾ ਵੀਜ਼ਾ ਲੱਗ ਜਵੇ ਬਾਬਾ ਜੀ ਸਾਡਾ ਵੀਜ਼ਾ ਲਗਵਾ ਦਿਓ ਸਾਡਾ ਬਾਹਰਲਾ ਕੰਮ ਬਣਵਾ ਦਿਓ ਦੂਜਾ ਰੀਜ਼ਨ ਹੈਗਾ ਕਿ ਮੁੰਡਾ ਹੋ ਜਵੇ ਸਾਡੇ ਘਰੇ ਜਾਂ ਜਿਨ੍ਹਾਂ ਤੇ ਹੁੰਦਾ ਨਹੀਂ ਪਿਆ ਨਿਆਣਾ ਜਾਂ ਕੁਝ ਵੀ ਆ ਇਹ ਚੀਜ਼ ਬਹੁਤ ਆ ਨਾ ਕਿ ਉੱਥੋਂ ਸਾਨੂੰ ਉਸ ਡੇਰੇ ਤੋਂ ਬਾਬਾ ਜੀ ਇਦਾਂ ਔਲਾਦ ਦੇ ਦੇਣ ਉਸ ਡੇਰੇ ਤੋਂ ਸਾਨੂੰ ਮੁੰਡਾ ਮਿਲ ਜਵੇ ਤੀਜਾ ਰੀਜ਼ਨ ਆ ਜਿਹੜਾ ਉਹ ਹੈਗਾ ਕਿ ਹੋ ਸਕਦਾ ਏ ਇਦਾਂ ਸਿਰਫ ਮੈਨੂੰ ਲੱਗਦਾ ਹੋਵੇ ਬਹੁਤੇ ਲੋਕੀ ਮੇਰੀ ਗੱਲ ਨਾਲ ਸਹਿਮਤ ਨਾ ਹੋਣ ਪਰ ਜਿੱਥੇ ਤੱਕ ਮੇਰੀ ਸੋਚ ਆ ਮੈਨੂੰ ਇਦਾਂ ਲੱਗਾ ਕਿ ਜਿਹੜਾ ਹੈ ਨਾ ਸਿੱਖ ਧਰਮ ਆ ਇਹਦੇ ਵਿੱਚ ਜਿੰਨੇ ਵੀ ਗੁਰੂ ਆਏ ਆ ਸਾਡੇ ਉਹਨਾਂ ਸਾਰਿਆਂ ਨੇ ਜਾਤ ਪਾਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਸਾਰਿਆਂ ਨੇ ਊਚ ਨੀਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿੰਨੇ ਵੀ ਇਨਸਾਨ ਆ ਨਾ ਉਹ ਸਾਰੇ ਬਰਾਬਰ ਆ ਇਕੱਠੇ ਰੋ ਗੁਰੂ ਦੀ ਬਾਣੀ ਪੜੋ ਗੁਰੂ ਦੇ ਲਾੜ ਲੱਗੋ ਪਰ ਅਸਲ ਦੇ ਵਿੱਚ ਹੋਇਆ ਕੀ ਆ ਲੋਕਾਂ ਨੇ ਕੀਤਾ ਕੀ ਆ ਜਿਹੜੇ ਜਾਟੇ ਆ ਨਾ ਇਹਨਾਂ ਨੇ ਸਿੱਖ ਧਰਮ ਦੇ ਉੱਪਰ ਕਬਜ਼ਾ ਕਰ ਲਿਆ। ਬਾਕੀ ਜਿਹੜੀਆਂ ਕਮਿਊਨਿਟੀਆਂ ਆ ਜਾਂ ਛੋਟੇ ਇਦਾਂ ਲੱਗਦਾ ਵੀ ਹਾਂ ਇਹ ਛੋਟੀ ਜਾਤ ਦਾ ਬੰਦਾ ਆ ਜਾਂ ਹੋਰ ਕਿਸੇ ਕਮਿਊਨਿਟੀ ਦਾ ਆ ਉਹਨੂੰ ਇੰਨਾ ਨਹੀਂ ਹੈਗਾ ਵੀ ਹਾਂ ਉਹਨਾਂ ਮਾਨ ਸਨਮਾਨ ਮਿਲਦਾ ਉਹਨੂੰ ਗੁਰੂ ਘਰ ਦੇ ਵਿੱਚ ਉਹਨੇ ਹੱਕਿਆ ਜਾਂ ਉਹਦੇ ਨਾਲ ਵਧੀਆ ਬਿਹੇਵ ਕੀਤਾ ਜਾਂਦਾ। ਮੈਨੂੰ ਲੱਗਦਾ ਇਦਾਂ ਇਹ ਚੀਜ਼ ਨਹੀਂ ਹੈਗੀ। ਅਸੀਂ ਪਿੰਡਾਂ 'ਚ ਵੀ ਦੇਖਦੇ ਹਾਂ ਆਪਣੇ ਵੀ ਕਿੰਨੇ ਕ ਬੰਦੇ ਆਉਂਦੇ ਆ ਰਵਿਦਾਸੀਆ ਕਮਿਊਨਿਟੀ ਦੇ ਕਿੰਨੇ ਕ ਬੰਦੇ ਜਾਂਦੇ ਸਾਡੇ ਗੁਰਦੁਆਰੇ ਨਹੀਂ ਜਾਂਦੇ। ਉਥੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਫੀਲ ਹੁੰਦਾ ਉਹ ਨਹੀਂ ਜਾਣਦੇ ਸਾਡੇ ਪਿੰਡ ਤੋਂ ਉਹਨਾਂ ਨੇ ਆਪਣਾ ਵੱਖਰਾ ਗੁਰਦੁਆਰਾ ਵੀ ਬਣਾਇਆ ਉੱਥੇ ਉਹਨਾਂ ਨੇ ਆਪਣਾ ਵੱਖਰਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਆ ਤੇ ਵਿੱਚ ਇਹ ਗੱਲ ਇਹ ਵੀ ਹੋਈ ਸੀਗੀ ਕਿ ਉਹ ਚਾਹੁੰਦੇ ਆ ਕਿ ਸਾਡੇ ਜਿਹੜੇ ਰਵਦਾਸ ਮਹਾਰਾਜ ਦੀ ਵਖਰੀ ਬਾਣੀ ਕਰ ਦੇਣੀ ਹੈ ਅਸੀਂ ਸਿਰਫ ਉਹਨੂੰ ਮੰਨਾਂਗੇ ਮੈਨੂੰ ਪਤਾ ਨਹੀਂ ਹੈਗਾ ਵੀ ਮੈਨੂੰ ਸ਼ੋਰ ਨਹੀਂ ਹੈਗਾ ਵੀ ਇਹ ਚੀਜ਼ ਹੋ ਗਈ ਹੈ ਜਾਂ ਨਹੀਂ ਹੋਈ ਇਹਦਾ ਕਾਫੀ ਰੌਲਾ ਸੀਗਾ ਮਤਲਬ ਮੇਨ ਵਜ੍ਹਾ ਕੀ ਹੈ ਜਦੋਂ ਤੁਹਾਨੂੰ ਉੱਥੇ ਮਾਨ ਸਨਮਾਨ ਨਹੀਂ ਮਿਲਦਾ ਸਾਡੇ ਗੁਰਦੁਆਰਿਆਂ ਦੇ ਵਿੱਚ ਨਾ ਤੇ ਫਿਰ ਉਹ ਉੱਥੇ ਚਲੇ ਜਾਂਦੇ ਜਿੱਥੇ ਉਹ ਇਹ ਨਾ ਡੇਰਿਆਂ 'ਚ ਜਦੋਂ ਲੋਕੀ ਜਾਂਦੇ ਆ ਨਾ ਉੱਥੇ ਆਪਣੇ ਪੈਸੇ ਲਟਾਉਂਦੇ ਆ ਕੁਰਾਹੇ ਪੈਂਦੇ ਆ ਰੱਬ ਤੋਂ ਦੂਰ ਜਾਂਦੇ ਆ ਗਲਤ ਗਾਈਡ ਹੁੰਦੇ ਆ ਠੀਕ ਆ ਉਹ ਉਹਨਾਂ ਦੀ ਪ੍ਰੋਬਲਮ ਆ ਉੱਥੇ ਤੱਕ ਓਕੇ ਆ ਠੀਕ ਆ ਹਨਾ ਜੋ ਮਰਜ਼ੀ ਕਰਨ ਨੂੰ ਆਪਣੇ ਲਾਈਫ 'ਚ ਹਰ ਬੰਦੇ ਨੂੰ ਰਾਈਟ ਆ ਹਨਾ ਆਪਣਾ ਰੱਬ ਚੁਣਨ ਦਾ ਜਿਹਨੂੰ ਮੰਨਣਾ ਹੈ ਬੰਦਾ ਮੰਨ ਸਕਦਾ ਆ ਪਰ ਜਦੋਂ ਇਹ ਨਾ ਡੇਰਿਆਂ ਦੇ ਵਿੱਚ ਗਲਤ ਕੰਮ ਹੁੰਦੇ ਆ ਨਾ ਉੱਥੇ ਕੁੜੀਆਂ ਦੇ ਨਾਲ ਗਲਤ ਹੁੰਦਾ ਆ ਉੱਥੇ ਮੁੰਡਿਆਂ ਦੇ ਨਾਲ ਗਲਤ ਹੁੰਦਾ ਆ ਆਰਗਨ ਟਰੈਫਿਕਿੰਗ ਹੁੰਦੀ ਆ ਉੱਥੇ ਇੰਨੇ ਸੀਰੀਅਸ ਕ੍ਰਾਈਮ ਹੁੰਦੇ ਆ ਨਾ ਜਿਹੜਾ ਆਮ ਬੰਦਾ ਸੋਚ ਵੀ ਇਹੀ ਜਿਹੜੀ ਭੀੜ ਉੱਥੇ ਇਕੱਠੀ ਹੋ ਕੇ ਜਾਂਦੀ ਹੈ ਨਾ ਇਹੀ ਭੀੜ ਇਹਨਾਂ ਬਾਬਿਆਂ ਨੂੰ ਇੰਨੀ ਕੁ ਪਾਵਰ ਦੇ ਦਿੰਦੀ ਆ ਨਾ ਕਿ ਕੱਲੂ ਕਿਸੇ ਦੇ ਨਾਲ ਜਦੋਂ ਕੁਝ ਗਲਤ ਹੁੰਦਾ ਹੈ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਨਹੀਂ ਉਠਾ ਸਕਦਾ ਇਹਨਾਂ ਦੇ ਕੋਲ ਇੰਨੀ ਪੋਲੀਟੀਕਲ ਪਾਵਰ ਆ ਜਾਂਦੀ ਹੈ ਨਾ ਲੋਕਾਂ ਦੇ ਕਰਕੇ ਤੇ ਲੋਕਾਂ ਦੇ ਕਰਕੇ ਇਹਨਾਂ ਦੇ ਕੋਲ ਇੰਨਾ ਕੁ ਪੈਸਾ ਆ ਜਾਂਦਾ ਨਾ ਕਿ ਤੁਸੀਂ ਇਹਨਾਂ ਦੇ ਖਿਲਾਫ ਕਦੇ ਕੁਝ ਨਹੀਂ ਬੋਲ ਸਕਦੇ ਇਹਨਾਂ ਦੇ ਖਿਲਾਫ ਲੜਾਈ ਕਰਨੀ ਨਾ ਬੰਦੇ ਲਈ ਬਹੁਤ ਔਖੀ ਹੁੰਦੀ ਆ ਸਰਸੇ ਵਾਲੇ ਦਾ ਸਬੂਤ ਨਾ ਸਾਹਬ ਦੇ ਸਾਹਮਣੇ ਆ ਸਰਸੇ ਵਾਲੇ ਨੇ ਕੀ ਕੋਸ਼ਿਸ਼ ਕੀਤਾ ਤੇ ਉਹਦੇ ਤੋਂ ਬਾਅਦ ਫਿਰ ਜੇਲ੍ਹ ਵੀ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਨੂਰਮਹਿਲ ਵਾਲਾ ਬਾਬਾ ਹੈ ਨਾ ਇਹਦਾ ਵੀ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਐਨਾ ਖਰਾਬ ਬੰਦਾ ਸੀਗਾ ਉਹ ਐਨਾ ਖਰਾਬ ਬੰਦਾ ਉੱਥੇ ਇਦਾਂ ਦੀਆਂ ਕਈ ਕੁੜੀਆਂ ਸੀ ਜਿਹੜੀਆਂ ਉੱਥੇ ਰਹਿ ਪਈਆਂ ਘਰ ਦੇ ਛੱਡਾ ਦੇ ਡੇਰੇ ਦੇ ਵਿੱਚ ਮੁੜ ਕੇ ਉਹਨਾਂ ਨੇ ਕਦੇ ਵੀ ਆਪਣੀਆਂ ਕੁੜੀਆਂ ਜ਼ਿੰਦਗੀ 'ਚ ਦੇਖੀਆਂ ਨਹੀਂ ਉਹਨਾਂ ਨੇ ਵਾਪਸ ਨਹੀਂ ਕੀਤੀਆਂ ਡੇਰੇ ਵਾਲਿਆਂ ਨੇ ਉਹ ਕੁੜੀਆਂ ਉਹਨਾਂ ਨੂੰ ਗਲਤ ਕੰਮ ਕਰਾਉਂਦੇ ਸੀਗੇ ਸਭ ਨੂੰ ਪਤਾ ਹੈ ਨਾ ਚੀਜ਼ਾਂ ਦਾ ਤੇ ਉਹਨਾਂ ਦਾ ਜਿਹੜਾ ਡਰਾਈਵਰ ਸੀਗਾ ਨਾ ਸਾਬਕਾ ਉਹ ਬੰਦੇ ਨੇ ਕੇਸ ਕੀਤਾ ਹੈ ਉਹਦੇ ਉੱਪਰ ਮੈਨੂੰ ਹੁਣ ਉਹਦੀ ਕੋਈ ਹੈ ਨਹੀਂਗੀ ਲੇਟੈਸਟ ਅਪਡੇਟ ਵੀ ਕੀ ਆ ਮੈਂ ਕੁਝ ਸਾਲ ਪਹਿਲਾਂ ਦੇਖਿਆ ਸੀਗਾ ਵੀ ਉਹ ਬੰਦੇ ਨੇ ਕਾਫੀ ਜ਼ਿਆਦਾ ਐਤ ਦਾ ਇੰਟਰਵਿਊ ਦਿੱਤੀਆਂ ਸੀਗੀਆਂ ਕਾਫੀ ਉਹਨੇ ਖੁਲਾਸੇ ਕੀਤੇ ਸੀਗੇ ਨੂਰਮਹਿਲ ਵਾਲੇ ਬਾਬੇ ਬਾਰੇ ਤੇ ਨੂਰਮਹਿਲ ਵਾਲੇ ਬਾਬੇ ਨੂੰ ਪੰਜਾਬ ਦੇ ਵਿੱਚ ਬਾਦਲਾ ਨੇ ਸਟੈਬਲਿਸ਼ ਕੀਤਾ ਸੀਗਾ ਇਹਨਾਂ ਨੇ ਉਹਨੂੰ ਜ਼ਮੀਨ ਦਿੱਤੀ ਇਹ ਉਹਦੇ ਖਾਸ ਸੀਗੇ ਬਹੁਤ ਜ਼ਿਆਦਾ ਹੋ ਸਕਦਾ ਸੈਂਟਰ ਗਵਰਨਮੈਂਟ ਦੇ ਕਹਿਣ ਤੇ ਦਿੱਤੀ ਹੋਵੇ ਕੁਝ ਵੀ ਹੋਵੇ ਪਰ ਬਾਦਲਾ ਨੇ ਪੰਜਾਬ ਦਾ ਇੰਨਾ ਕੁ ਬੇੜਾਗਰਕ ਕੀਤਾ ਇੰਨਾ ਕੁ ਬੇੜਾਗਰਕ ਕੀਤਾ ਨਾ ਮਤਲਬ ਆਮ ਲੋਕੀਂ ਸ਼ਾਇਦ ਇਹ ਚੀਜ਼ਾਂ ਨੂੰ ਨਹੀਂ ਦੇਖਦੇ ਜਾਂ ਨਹੀਂ ਸਮਝਦੇ ਪਰ ਅੰਦਰੋਂ ਅੰਦਰ ਹੀ ਇਹਨਾਂ ਨੇ ਪੰਜਾਬ ਨੂੰ ਬਹੁਤ ਖੋਖਲਾ ਕੀਤਾ ਆ ਇੱਥੇ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹਾਂਗੇ ਇੱਕ ਲੜਕੀ ਤੁਰੀ ਜਾ ਰਹੀ ਹੈ ਕਿ ਲੜਕਾ ਉਹਨੂੰ ਦੇਖ ਕੇ ਕਹਿੰਦਾ ਹੈ ਕਿ ਹਾਏ ਤੇਰੀਆਂ ਕਾਲੀਆਂ ਲੰਬੀਆਂ ਜੁਲਫਾਂ ਮੈਨੂੰ ਦੇਖ ਕੇ ਪਿਆਰ ਹੋ ਗਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇਰੀਆਂ ਜੁਲਫਾਂ ਬੜੀਆਂ ਹਸੀਨ ਐ ਮੈਂ ਤਾਂ ਮਸਤ ਹੋ ਗਿਆ ਤੇਰੇ ਤੇ ਉਹਨੇ ਰੋਜ਼ ਲੜਕੀ ਨੂੰ ਪਰੇਸ਼ਾਨ ਕਰਨਾ ਕਦੀ ਲੜਕੀ ਦੇ ਗੁਜ਼ਰਨ ਵਾਲੇ ਰਸਤੇ 'ਤੇ ਮੋੜੇ ਖੜ ਜਾਣਾ ਕਦੀ ਕਿਤੇ ਕਦੀ ਕਿਤੇ ਪਰੇਸ਼ਾਨ ਕਰਨਾ ਕਿੰਨਾ ਲੜਕੀ ਨੇ ਤੰਗ ਆ ਕੇ ਜਦੋਂ ਲੜਕਾ ਤੰਗ ਕਰ ਰਿਹਾ ਸੀ ਕੋਲ ਗਈ ਉਹਦੇ ਕਹਿੰਦੀ ਅੱਛਾ ਤੈਨੂੰ ਮੇਰੀਆਂ ਜੁਲਫਾਂ ਨਾਲ ਪਿਆਰ ਐ ਉਹ ਕਹਿੰਦਾ ਹਾਂ ਮੈਂ ਆਸ਼ਿਕ ਹੋ ਗਿਆ ਤੇਰੀਆਂ ਜੁਲਫਾਂ 'ਤੇ ਮੈਂ ਤੇਰੇ ਤੋਂ ਵੀ ਨਾ ਜੀ ਨਹੀਂ ਸਕਦਾ ਤਾਂ ਲੜਕੀ ਨੇ ਕੀ ਕੀਤਾ ਆਪਣੀਆਂ ਜੁਲਫਾਂ ਲਾਈਆਂ ਉਹਦੇ ਹੱਥੇ ਫੜਾਈਆਂ ਕਹਿੰਦੀ ਐ ਲੈ ਰੱਖ ਅੱਜ ਤੋਂ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਕਿਉਂਕਿ ਉਹ ਲੜਕੀ ਵਿਗਲਾਂਦੀ ਹੁੰਦੀ ਸੀ ਵਿਗ ਵੀ ਬਾਅਦ ਮਿਲ ਜਾਂਦੇ ਆ ਨਾ ਕਹਿੰਦੀ ਅੱਜ ਤੋਂ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਜੁਲਫਾਂ ਪਿਆਰੀਆਂ ਆ ਲੈ ਰੱਖ ਕਿਉਂਕਿ ਤੈਨੂੰ ਜੁਲਫਾਂ ਨਾਲ ਪਿਆਰ ਸੀ ਸੰਭਾਲ ਕਰ ਜਾ ਅੱਗੇ ਤੋਂ ਮੈਨੂੰ ਪਰੇਸ਼ਾਨ ਨਹੀਂ ਕਰਨਾ ਹੁਣ ਜਦੋਂ ਅਸੀਂ ਕਿਸੇ ਚੀਜ਼ ਨਾ ਕਰਦੇ ਆ ਦੱਸੋ ਇਹਦੀਆਂ ਚਬਲਾਂ ਸੁਣ ਕੇ ਲੋਕੀ ਇਹਦੇ ਪਿੱਛੇ ਲੱਗੇ ਆ ਆਹ ਗੱਲਾਂ ਸੁਣਾਉਂਦਾ ਯਾਰ ਆ ਆ ਸਤਸੰਗ ਕਰਦਾ ਹੋਊ ਗਾ ਲੋਕੀ ਲੋਕਾਂ ਦਾ ਲੈਵਲ ਕਿੰਨਾ ਲੋ ਹੋ ਗਿਆ ਨਾ ਲੋਕੀ ਕਿਦਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਜਾਂਦੇ ਕਿਦਾਂ ਦੀਆਂ ਗੱਲਾਂ ਸੁਣ ਕੇ ਮੱਥਾ ਟੇਕਣ ਆ ਜਾਂਦੇ ਆ ਹੈਰਾਨੀ ਦੀ ਗੱਲ ਏ ਆ ਇਹਦੀ ਇੱਕ ਚੇਲੀ ਨੇ ਇਹਨੂੰ ਪੁੱਛਿਆ ਕਿ ਜੇ ਮੈਂ ਤੁਹਾਡੇ ਤੋਂ ਨਾਮ ਦਾ ਨਾਮ ਲਵਾ ਤਾਂ ਵੀ ਮੇਰੇ ਤੇ ਰਹਿਮਤ ਬਣੀ ਰਹੂਗੀ ਫਿਰ ਬਾਬੇ ਦਾ ਜਵਾਬ ਚੈੱਕ ਕਰੋ ਸਾਡੀ ਜ਼ਿੰਦਗੀ ਵਿੱਚ ਤਾਂ ਬੰਦਾ ਇੱਕ ਤਾਂ ਕਾਰ ਐ ਅਸੀਂ ਕਿਤੇ ਮੰਜ਼ਿਲ ਤੇ ਜਾਣਾ ਚੱਲ ਕੇ ਵੀ ਜਾ ਸਕਦੇ ਆ ਪਰ ਇਹ ਜਿਹੜੀ ਗੱਡੀ ਐ ਨਾ ਉਹ ਸਾਨੂੰ ਜਲਦੀ ਵੀ ਿਆ ਦਿੰਦੀ ਐ ਉਹ ਬੰਦੀਸ਼ ਨਹੀਂ ਐ ਉਹ ਸਾਨੂੰ ਫਾਇਦਾ ਦੇ ਰਹੀ ਐ ਇਸੇ ਤਰ੍ਹਾਂ ਜਿਸ ਲਈ ਇਨਸਾਨ ਸਿਮਰਨ ਦੇ ਵਿੱਚ ਸਿਮਰਨ ਕਰਦਾ ਤਾਂ ਉਹ ਰਹਿਮਤ ਤੱਕ ਜਲਦੀ ਪਹੁੰਚਦਾ ਹੈ ਉਸ ਅਨੰਤ ਤੱਕ ਜਲਦੀ ਪਹੁੰਚਦਾ ਹੈ ਹੁਣ ਕੱਲ ਨੂੰ ਜਿਵੇਂ ਇਨਸਾਨ ਦੀ ਰੂਹ ਜਾਣੀ ਹੈ ਇਹ ਬਾਬੇ ਦੇ ਕਹਿਣ ਦੇ ਅਨੁਸਾਰ ਨਾ ਜਿਹੜਾ ਬੰਦਾ ਇਹ ਬਾਬੇ ਤੋਂ ਨਾਮਦਾਨ ਲੈ ਕੇ ਸਿਮਰਨ ਕਰੂਗਾ ਉਹ ਜਿੱਦਾਂ ਗੱਡੀ ਦੀ ਸਪੀਡ ਦੇ ਨਾਲ ਰੱਬ ਵੱਲ ਨੂੰ ਚਲੇ ਜਾਊਗਾ ਤੇ ਜਿਹੜਾ ਬੰਦਾ ਨਹੀਂ ਲਊਗਾ ਉਹ ਫੇ ਤੁਰ ਕੇ ਪਹੁੰਚ ਜਾਊਗਾ ਫੇ ਬਾਬਾ ਜੀ ਨਾਮਦਾਨ ਦਾ ਫਾਇਦਾ ਕੀ ਹੋਇਆ ਮਤਲਬ ਪਹੁੰਚ ਤਾਂ ਉਹਨੇ ਵੀ ਜਾਣਾ ਬਿਨਾ ਨਾਮਦਾਨ ਲੈ ਚੱਲ ਹੌਲੀ ਹੌਲੀ ਪਹੁੰਚ ਜਾ ਲੋਕੀਆ ਗੱਲਾਂ ਸੁਣ ਕੇ ਵੀ ਇੰਪ੍ਰੈਸ ਹੋ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆndi ਇੰਨੇ ਸਾਡੇ ਦੇਵੀ ਦੇਵਤੇ ਆ ਇੰਨੇ ਸਾਡੇ ਕੋਲ ਪੀਰ ਪਗੰਬਰ ਆ ਇੰਨੇ ਅਵਤਾਰ ਆਏ ਆ ਸਾਡੇ ਕੋਲ 10 ਗੁਰੂ ਆ ਹਨਾ ਸਾਡੇ ਕੋਲ ਇੰਨਾ ਕੁਝ ਪਿਆ ਆ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਆ ਆ ਸਾਡੇ ਕੋਲ ਭਗਤਾਂ ਦੀ ਬਾਣੀ ਆ ਸਾਡੇ ਕੋਲ ਵੇਦਿਆ ਉਪਨਿਸ਼ਦਿਆ ਭਗਵਤ ਗੀਤਾ ਆ ਸਾਡੇ ਕੋਲ ਇੰਨਾ ਸਾਰਾ ਕੁਝ ਪਿਆ ਹੈ ਨਾ ਜੇ ਤੁਸੀਂ ਉਹਨਾਂ ਨੂੰ ਪੜੀਏ ਤਾਂ ਕਿਤੇ ਦੀ ਕਿਤੇ ਪਹੁੰਚ ਜਾਈਏ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਤੁਹਾਡੇ ਚ ਕਿੰਨੇ ਜਾਣਿਆ ਨੂੰ ਜੇ ਕੋਈ ਹਿੰਦੂ ਆ ਉਹਨਾਂ ਨੂੰ ਕਿੰਨੇ ਜਾਣਿਆ ਨੂੰ ਗਾਇਤਰੀ ਮੰਤਰ ਆਉਂਦਾ ਆ ਕਿੰਨੇ ਜਾਣਿਆ ਨੂੰ ਭਗਵਤ ਗੀਤਾ ਦਾ ਪਹਿਲਾ ਸ਼ਲੋਕ ਆਉਂਦਾ ਆ ਕਿੰਨੇ ਜਾਣਿਆ ਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥ ਆਉਂਦੇ ਆ ਜੇ ਕਿਸੇ ਨੂੰ ਆਉਂਦੇ ਆ ਤਾਂ ਬਹੁਤ ਚੰਗੀ ਗੱਲ ਆ ਪਰ ਜੇ ਕਿਸੇ ਨੂੰ ਨਹੀਂ ਆਉਂਦੇ ਤਾਂ ਪਲੀਜ਼ ਪੜਨਾ ਸ਼ੁਰੂ ਕਰੋ ਤਾਂ ਕਿ ਇਹਨਾਂ ਜੰਗਲਾਂ ਚ ਨਾ ਫਸੋ ਤੁਸੀਂ ਤੁਹਾਨੂੰ ਆਪ ਨੂੰ ਨੌਲੇਜ ਹੋਵੇ ਅੱਜ ਕੱਲ ਤੇ ਸਾਰਾ ਕੁਝ ਪੜਨਾ ਸੌਖਾ ਹੀ ਬੋਤਾ ਤੁਹਾਡੇ ਹੱਥ ਚ ਮੋਬਾਈਲ ਹੈ ਇੰਟਰਨੈਟ ਹੈ ਤੁਸੀਂ ਰੋਜ਼ ਦੀ ਜੀ ਇੱਕ ਵੀ ਪੰਕਤੀ ਪੜੂਗੇ ਨਾ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਬਹੁਤ ਕੁਝ ਮਿਲ ਜਾਣਾ ਆ ਬਿਗੜੀ ਬਣਾਈ ਤੂੰ ਨੇ ਇਹ ਤਾਂ ਬਾਬੇ ਦਾ ਵੀ ਸੋਹਣਾ ਕੰਮ ਚੱਲ ਪਿਆ ਨਾ ਹੁਸ਼ਿਆਰਪੁਰ ਰਹਿੰਦਾ ਹੈ ਬਾਬਾ ਤੇ ਇਹਨੇ ਆਪਣਾ ਮੁੰਡਾ ਵੀ ਇਸ ਕੰਮ ਚ ਲਾ ਲਿਆ ਉਹਨੂੰ ਪਤਾ ਹੈ ਵੀ ਕੱਲੋਂ ਹੁਣ ਮੁੰਡੇ ਨੇ ਵੀ ਬਿਜ਼ਨਸ ਸੰਭਾਲ ਲਿਆ ਹੈ ਇਹ ਕਿੰਨਾਕ ਟਾਈਮ ਬਾਬਾ ਇਕੱਲਾ ਹੀ ਕੰਮ ਕਰੀ ਜਾਊਗਾ ਤੇ ਮੁੰਡਾ ਦੇਖੋ ਕਿਦਾਂ ਪਾਣੀ ਨੂੰ ਭੋਗ ਲਾਉਂਦਾ ਪਿਆ ਉਂਗਲੀਆਂ ਪਾ ਕੇ ਗਲਾਸ ਦੇ ਵਿੱਚ ਤੇ ਬੰਦਾ ਇਹਨੂੰ ਪੁੱਛੇ ਵੀ ਮੁੰਡੇ ਨੂੰ ਵੀ ਤੂੰ ਕੀ ਆ ਕੀ ਕਿਹਦਾ ਤੂੰ ਅਵਤਾਰ ਆ ਕਿਹੜੇ ਗੁਰੂ ਦਾ ਹਨਾ ਕਿਹੜੇ ਪੀਰ ਦਾ ਕੀ ਹੈ ਤੁਹਾਡੇ ਕੋਲ ਕੁਝ ਨਹੀਂ ਹੈਗਾ ਪੱਲੇ ਤੁਹਾਡੇ ਤੇ ਉਪਰੋਂ ਤੁਸੀਂ ਐਦਾਂ ਹਨਾ ਗਲਾਸਾਂ ਚ ਉਂਗਲੀਆਂ ਪਾ ਕੇ ਯਾਰ ਲੋਕਾਂ ਨੂੰ ਦਿਨੇ ਉਦਾਂ ਦੇ ਲੋਕੀ ਜਿਹੜੇ ਪੀਂਦੇ ਆ ਜੇ ਕਿਤੇ ਚਾਹ ਵਾਲੇ ਜਾਂ ਜੂਸ ਵਾਲੇ ਭਾਈ ਨੇ ਗਲਾਸ ਚ ਉਂਗਲੀ ਪਾਤੀ ਨਾ ਐਦਾਂ ਤਾਂ ਤੁਸੀਂ ਅਗਲੇ ਤਾਂ ਗਲ ਵੱਢਣ ਤੱਕ ਜਾਣਾ ਆ ਇਹ ਕਿੰਨੇ ਚੰਦਾ ਗੋਡਾ ਤੇਰਾ ਦਵਾਈ ਖਾਧੀ ਗਏ ਇਹਨੇ ਪਤਾ ਲਵਾਇਆ ਸੀ ਕਿੱਥੋਂ ਲਵਾਇਆ ਸੀ ਪੱਟਾ ਹਾਂ ਤਾਂ ਨਹੀਂ ਲੱਗਿਆ ਪੱਟਾ ਇੱਥੇ ਆ ਜਿਹੜਾ ਗੋਡਾ ਦੁਖਦਾ ਉਹਨੂੰ ਐ ਕਰ ਹਾਏ ਕਰ ਚੱਕਾ ਆੜ ਗਈ ਡਲਟਾ ਵਾਲਾ ਆਪਣੇ ਕੋਲ ਨਾਲ ਚੜ ਗਈ ਉਹਦੋਂ ਇੱਧਰ ਆ ਜੀ ਨਾ ਐ ਲੈ ਗਿਆ ਪਰ ਉਹਦੇ ਤੇ ਸੰਗ ਨਾਲ ਲੈਣੀ ਨਹੀਂ ਮਣੀ ਐ ਪੈਂਦਾ ਤਾਂ ਅੱਜਿੱਤਾ ਬਾਬਾ ਜੀ ਮੰਨ ਲੇ ਸਾਡਾ ਕੰਮ ਹੋਇਆ ਕਰ ਚੱਕ ਹੁਣ ਠੀਕ ਹੈ ਪੈਰਾ ਪਰ ਬਹਿ ਕੇ ਵੇਖ ਕਿਵੇਂ ਹੁਣ ਓਕੇ ਆ ਦਵਾਈ ਖਾਂਦੇ ਦੌੜਦਾ ਨਹੀਂ ਸਿੱਟੋ ਸਵਰਪੇ ਹੋ ਜਾਂਦਾਰੇ ਤੇ ਮੇਰਾ ਸਭ ਤੋਂ ਫੇਵਰਿਟ ਬਾਬਾ ਆਹ ਵਾਲਾ ਆ ਜਿਹੜਾ ਐਦਾਂ ਦੂਜਿਆਂ ਦੇ ਦੋਖ ਆਪਣੀ ਸੀਟ ਤੇ ਲੈ ਲੈਂਦਾ ਆ ਉਹਦੇ ਜੇ ਕਿਸੇ ਨੂੰ ਬਵਾਸੀਰ ਹੋਈ ਹੋਈ ਫਿਰ ਬਾਬਾ ਕੀ ਕਰੂਗਾ ਖੋਨਾ ਬਦਸ ਬਾਬੇ ਬਾਮਾ ਸਰੀਰ ਤੌਰ ਤੇ ਵੱਡੇ ਹੋ ਗਏ ਆ ਪਰ ਦਿਮਾਗੀ ਤੌਰ ਤੇ ਵੱਡੇ ਨਹੀਂ ਹੋਏ ਦਿਮਾਗੀ ਤੌਰ ਤੇ ਹਜੇ ਵੀ ਛੋਟੇ ਛੋਟੇ ਨਿਆਣੇ ਹੀ ਆ ਬਾਬੇ ਨੇ ਪੁੱਛੇ ਬੰਦਾ ਕਿ ਲੋਕੀ ਤੁਹਾਡੇ ਆ ਕੇ ਪੈਰੀ ਹੱਥ ਲਾਉਂਦੇ ਆ ਤੁਸੀਂ ਦੁਨੀਆ ਨੂੰ ਗਿਆਨ ਦਿੰਨੇ ਆ ਤੇ ਤੁਸੀਂ ਆ ਚੰਗਿਆੜੇ ਵਾਲੀ ਬੰਦੂਕ ਚਲਾ ਕੇ ਕੀ ਕਰਨਾ ਚਾਹੁੰਦੇ ਆ ਅੱਗ ਲਾਉਣਾ ਚਾਹੁੰਦੇ ਪੰਡਾਲ ਦੇ ਵਿੱਚ ਨਾਲ ਬਾਕੀਆਂ ਨੂੰ ਵੀ ਸ਼ਹੀਦ ਕਰਨਾ ਚਾਹੁੰਦੇ ਆ ਅਨਪੜ ਬਾਬੇ ਆਓ ਬਾਬਾ ਜੀ ਹੋ ਸਕਦਾ ਹੈ ਨਾ ਕਈਆਂ ਨੂੰ ਗੁੱਸਾ ਲੱਗੇ ਕਿ ਮੈਂ ਇਹਨਾਂ ਬਾਰੇ ਕਿੱਦਾਂ ਬੋਲਿਆ ਅਸਲ ਦੇ ਵਿੱਚ ਤੁਸੀਂ ਦੇਖੋ ਹਨਾ ਬਾਬਾ ਜਿਹੜਾ ਆ ਇਹ ਪਰਫਿਊਮ ਕਿੱਦਾਂ ਸੈੱਟ ਦਾ ਆਉਂਦਾ ਹੈ ਹਨਾ ਵੀ ਜੇ ਇਹਨਾਂ ਹੀ ਮੋਸ਼ਕਾਂ ਦਾ ਸੰਗਤ ਤੋਂ ਪਸੰਗਤ ਨੂੰ ਬਲਾਓ ਇਹ ਨਾ ਉੱਥੇ ਤੇ ਦੂਜੀ ਗੱਲ ਜੋਨੀ ਬਾਬਾ ਲੱਗਾ ਹੈ ਨਾ ਆਓ ਬਾਬਾ ਜੀ ਜੀ ਆਇਆਂ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਹਨ ਤੇ ਤੁਸੀਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੁਸੀਂ ਕਿਸੇ ਹੋਰ ਬੰਦੇ ਨੂੰ ਤੁਸੀਂ ਅਦਾ ਕਹਿ ਰਹੇ ਆ ਆਓ ਬਾਬਾ ਜੀ ਜੀ ਆਇਆਂ ਨੂੰ ਤੇ ਇਹ ਜਿਹੜੇ ਬਾਬਾ ਜੀ ਇਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਹੁੰਦੀ ਪਈ ਹੈ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿ ਉਹ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੇ ਹੈਗੇ ਵੀ ਉਹ ਉੱਥੇ ਆਪ ਬੈਠੇ ਆ ਹਨਾ ਮਹਾਰਾਜ ਆਪ ਬਿਰਾਜਮਾਨ ਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਤੁਸੀਂ ਇੱਕ ਆਮ ਬੰਦੇ ਦੇ ਉੱਪਰ ਫੁੱਲ ਸੁੱਟਣ ਲੱਗੇ ਆ ਐਮ ਆਰ ਆਈ ਦੀ ਬੇਅਦ ਵੀ ਨਹੀਂ ਹੈਗੀ ਸ਼ਰਨ ਸ਼ਰਨਪ੍ਰੀਤ ਬੜਾ ਬੱਚਾ ਹੈ ਤੇਰਾ ਇੱਕ ਬੇਟੀ ਹੈ ਅਰਸੋਰਕ ਕਿੰਨਾ ਟਾਈਮ ਹੋ ਗਿਆ ਬੈਠਾ 10 ਸਾਲ ਆਪ ਕਿਸ ਦਿਨ ਤੋਂ ਕੋਕ ਬੰਦਰੀ ਹੈ ਬੈਠੇ ਨਹੀਂ ਤੋ ਦਰਦਰਾ ਤੈਨ ਨਾਲੋਂ ਮੇਰੇ ਜੇ ਲੋਅਰ ਐਬਡੋਮਨ ਦੇ ਵਿੱਚ ਦਰਦ ਰਹਿੰਦਾ ਹੈ ਨਾ ਤਾਂ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਕਿਸੇ ਵੀ ਰੀਪਰੋਡਕਟਿਵ ਅੰਗ ਦੇ ਵਿੱਚ ਨਾ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਆ ਇਦਾਂ ਦੇ ਬਾਬਿਆਂ ਕੋਲ ਨਹੀਂ ਆਉਣਾ ਚਾਹੀਦਾ ਵੈਸੇ ਆ ਬਾਬੇ ਨੇ ਵੀ ਕਾਫੀ ਗੰਦ ਜਾ ਪਾਇਆ ਨਾ ਸੁਜਨ ਰਹਤੀ ਹੈ અનાય ચીજ મે કોઈ નહીં મે બુલા લુ છોરા તો હેતરે કિસ્મત મે અરે હોગા ભી આય હોગા મે પહેલે ક્યા થે ના આહી ગલ્લા સુણને જાનિયા બીબીઓ ઉથે કે હા કોઈ સુની ગલ કહેતી દિલ ખુશ હો ગયા પેલા બંદા અંદર તો ટટયા હોnda હે હા હોંસલા દેતા હા બાબે ની કહેતી પક્કા ગલ સાચો જાણી હોણ તા ਹੁਣ ਆਪਾਂ ਗੱਲ ਕਰਾਂਗੇ ਨਾ ਜਿਹੜਾ ਅੱਜਕੱਲ ਬਾਬਾ ਬਹੁਤ ਟ੍ਰੈਂਡਿੰਗ 'ਚ ਆ ਪਾਸਪੋਰਟ ਤੇ ਵੀਜ਼ੇ ਲੌਣ ਵਾਲਾ ਬਾਬਾ ਤੇ ਪਿੱਛੇ ਜਿਹੜਾ ਇੱਕ ਕੁੜੀ ਦੀ ਇੰਟਰਵਿਊ ਆਈ ਸੀਗੀ ਉਹਦੇ ਤੋਂ ਬਾਅਦ ਕਾਫੀ ਮੁੱਦਾ ਪੱਖ ਗਿਆ ਸੀਗਾ ਇਹਨਾਂ ਦਾ ਤੇ ਉਹਦੇ ਸਪੋਰਟਰ ਵੀ ਬਾਬੇ ਦੇ ਕਈ ਆਏ ਫੇ ਇੰਟਰਵਿਊਆਂ ਦੇਣ ਕਈ ਆਏ ਆਪਣਾ ਪੱਖ ਰੱਖਣ ਤੇ ਇੱਕ ਬੰਦੇ ਦੀ ਆਪਾਂ ਨਾ ਵੀਡੀਓ ਦੇਖਦੇ ਹਾਂ ਤੇ ਉਹਦੇ ਤੋਂ ਇਹ ਦੇਖਦੇ ਹਾਂ ਵੀ ਉਹ ਬੰਦਾ ਕੀ ਕਹਿੰਦਾ ਆ ਦੇਖੋ ਗੱਲ ਸੁਣੋ ਮੇਰੇ ਪਹਿਲੀ ਗੱਲ ਤਾਂ ਭੈਣ ਮੇਰੀਏ ਤੈਨੂੰ ਕੋਈ ਉੱਥੇ ਸੁਰਿੰਦਰ ਸਾਈ ਨੇ ਕੋਈ ਇਨਵੀਟੇਸ਼ਨ ਹੀ ਸੀ ਦਿੱਤਾ ਹੂੰ ਵੀ ਆਜੋ ਤੁਸੀਂ ਮੇਤੋਂ ਇੱਥੇ ਐਮਬੈਸੀ ਖੁੱਲੀ ਆ ਮੈਂ ਇੱਥੇ ਵੀਜ਼ੇ ਲੋਣਾ ਹਮ ਪਹਿਲੀ ਗੱਲ ਹਮ ਇੱਕ ਪੰਜਾਬੀ ਚ ਕਹਾਵਤ ਆ ਕਹਿੰਦੇ ਜਿਹਨੂੰ ਯਾਰ ਕਈਓ ਦੇ ਨਾਲ ਰਹੀਏ ਭਾਵੇਂ ਚੰਗਾ ਤੇ ਭਾਵੇਂ ਮਾੜਾ ਇਹਨਾਂ ਦੇ ਕਹਿੰਦੇ ਹਿਸਾਬ ਨਾਲ ਨਾ ਕਿ ਸੁਰਿੰਦਰ ਸਾਈਂ ਜੀ ਨੇ ਕਿਸੇ ਨੂੰ ਵੀ ਇਨਵਿਟੇਸ਼ਨ ਨਹੀਂ ਦਿੱਤਾ ਸੀ ਖਾਸ ਕਰਕੇ ਉਹ ਕੁੜੀ ਜਿਹੜੀ ਅਮਰਤਾਪ ਸੀਗੀ ਉਹਨੂੰ ਇਨਵਿਟੇਸ਼ਨ ਨਹੀਂ ਸੀ ਦਿੱਤਾ ਵੀ ਤੂੰ ਆ ਇੱਥੇ ਤੇਰਾ ਵੀਜ਼ਾ ਲਵਾ ਦਿੰਨੇ ਆ ਵਗੈਰਾ ਵਗੈਰਾ ਹੁਣ ਜੇ ਇਹਨਾਂ ਨੂੰ ਪੁੱਛੀਏ ਅਸੀਂ ਕਿ ਜਿਹੜੇ ਸੁਰਿੰਦਰ ਸਾਈਂ ਜੀ ਆ ਤੁਹਾਡੇ ਸਾਰਿਆਂ ਦੇ ਕਹਿਣ ਦੇ ਅਨੁਸਾਰ ਕਿ ਉਹ ਰੱਬ ਨੂੰ ਪਾ ਚੁੱਕੇ ਆ ਜਾਂ ਉਹ ਰੱਬ ਦਾ ਰੂਪ ਆ ਜੇ ਉਹ ਰੱਬ ਦਾ ਰੂਪ ਆ ਰੱਬ ਨੂੰ ਪਾ ਚੁੱਕੇ ਆ ਤਾਂ ਉਹਨਾਂ ਦਾ ਕੰਮ ਆ ਲੋਕਾਂ ਦਾ ਉਧਾਰ ਕਰਨਾ ਹੈ ਨਾ ਭੁੱਲੇ ਭਟਕੇ ਲੋਕਾਂ ਨੂੰ ਰੱਬ ਦੇ ਰਾਹ ਤੇ ਲਾਉਣਾ ਜੇ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਆਉਂਦਾ ਤਾਂ ਦ ਜਿਹੜਾ ਰੱਬ ਦਾ ਪਿਆਰਾ ਆ ਜਿਹੜਾ ਰੱਬ ਨੂੰ ਮਿਲ ਚੁੱਕਾ ਆ ਰੱਬ ਦੇ ਨਾਲ ਇੱਕਮਿਕ ਹੋ ਗਿਆ ਆ ਉਹਦਾ ਇਹੀ ਕੰਮ ਆ ਉਹਨੂੰ ਤਾਂ ਸਾਰਾ ਕੁਝ ਪਤਾ ਨੋ ਤਾਂ ਜਾਣੀ ਜਾਣਿਆ ਉਹਦੇ ਬੋਲਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਵੀ ਆ ਬੰਦਾ ਆ ਗੱਲ ਬੋਲਣ ਲੱਗਾ ਤੇ ਮਨ 'ਚ ਆ ਖਿਆਲ ਆਉਂਦਾ ਆ ਮੈਂ ਇਹਨੂੰ ਦੂਰ ਕਰਾਂ ਤੁਸੀਂ ਕੋਈ ਠੀਕ ਕਰਾਮਾਦਨੀ ਦਿਖਾਉਣੀ ਕੋਈ ਚਮਤਕਾਰ ਨਹੀਂ ਦਿਖਾਉਣਾ ਲੁਕੀ ਆ ਅੱਜਕੱਲ ਮਨਦੇ ਵੀ ਨਹੀਂ ਇਹਨਾਂ ਚੀਜ਼ਾਂ ਨੂੰ ਓਕੇ ਆ ਤੁਸੀਂ ਕੋਈ ਇਦਾਂ ਦੀ ਗੱਲ ਕਰੋ ਇਦਾਂ ਦੀ ਦਲੀਲ ਦਿਓ ਕੋਈ ਇਦਾਂ ਦੀ ਆਧਾਰਨ ਦਿਓ ਕੁਝ ਵੀ ਇਦਾਂ ਦਾ ਬੋਲੋ ਮੂੰਹੋਂ ਕਿਹੜਾ ਅਗਲੇ ਦੇ ਦਿਲ ਤੇ ਲੱਗੇ ਲੋਕਾਂ ਦੇ ਦਿਲ ਲੋਕੀ ਇਦਾਂ ਕਿੰਤੂ ਪ੍ਰੰਤੂ ਕਰਦਾ ਇਨਾ ਕੋਸ਼ਿਸ਼ ਤਾਂ ਇਦਾਂ ਦਾ ਕਰਕੇ ਦਿਖਾਉ ਨਾ ਫਿਰ ਉਹਨੇ 3b2 ਤੇ ਉਂਗਲ ਚੱਕੀ ਹੂੰ 3b2 ਉਹਨੂੰ ਭੈਣ ਨੂੰ ਇਹ ਨਹੀਂ ਪਤਾ ਵੀ ਉੱਥੇ ਕਿੰਨੇ ਬੰਦਿਆਂ ਦਾ ਰਜਗਾਰ ਚੱਲਦਾ ਹੂੰ ਉੱਥੇ ਤੇਰੀ ਇੰਟਰਵਿਊ ਤੋਂ ਬਾਅਦ ਜਿਹੜੇ ਚੰਗੀਆਂ ਫੈਮਲੀਆਂ ਜਿਹੜੀ ਉੱਥੇ ਸ਼ਾਪਿੰਗ ਕਰਨ ਜਾਣਾ ਚਾਹੁੰਦੀਆਂ ਕੋਈ ਖਰੀਦਦਾਰੀ ਕਰਨ ਜਾਣਾ ਉਹ ਜਾਣ ਤੋਂ ਗਰੇਜ ਕਰਨਗੇ ਜਦੋਂ ਜਾਣ ਤੋਂ ਗਰੇਜ ਕਰਨਗੇ ਕਿੰਨੇ 3b2 ਦੇ ਵਿੱਚ ਸ਼ੋਰੂਮ ਨੇ ਜਿਹੜੇ ਲੱਖਾਂ ਰੁਪਏ ਕਿਰਾਇਆ ਭਰਦੇ ਨੇ ਕਿੰਨੇ ਰੇੜੀ ਵਾਲਾ ਦਾ ਰਜਗਾਰ ਚੱਲਦਾ ਤੂੰ ਉਹਨਾਂ ਦੇ ਵੀ ਉਂਗਲ ਚੱਕਤੇ ਇਹ ਜਿਹੜੀ ਕੁੜੀ ਦੀ ਗੱਲ ਕਰਦਾ ਪਿਆ ਨਾ ਅਮਰ ਢਾਬ ਦੀ ਮੈਂ ਉਹਦੀ ਕੋਈ ਸਪੋਰਟਰ ਨਹੀਂ ਆ ਮੈਨੂੰ ਬਿਲਕੁਲ ਨਹੀਂ ਹੈਗਾ ਉਹਦੇ ਨਾਲ ਕੁਝ ਵੀ ਹੈ ਨਾ ਪਰ ਮੈਂ ਆ ਬੰਦੇ ਦੀ ਗੱਲ ਕਰਦੀ ਆ ਕਿ ਇਹ ਕਹਿੰਦਾ ਕਿ ਉਹ ਕੁੜੀ ਨੇ 3B2 ਤੇ ਉੱਪਰ ਉਂਗਲੀ ਚੱਕੀ ਤੇ ਐਨਾ ਕੁਛ ਨਹੀਂ ਦੱਸਿਆ ਫੇਰ ਨਾ ਵੀ ਆ ਆ ਹੋ ਸਕਦਾ ਆ ਜਦੋਂ ਸੁਖਰਤੀ ਦੀ ਸਹੇਲੀ ਜਾਂਦੀ ਸੀ ਕਿਸੀ 3B2 ਦੇ ਵਿੱਚ ਬੈਠ ਕੇ ਮੁੰਡਿਆਂ ਤੇ ਸ਼ਰਤਾਂ ਲਾਉਣੇ ਉਹਨਾਂ ਨੂੰ ਪਟਣ ਦੀਆਂ ਤੇ ਉਹ ਉਦੋਂ ਕੁਛ ਨਹੀਂ ਸੀ ਹੋਇਆ ਉਦੋਂ ਕੋਈ ਬਦਨਾਮੀ ਨਹੀਂ ਸੀ ਉਹਨਾਂ ਦੀ 3B2 ਦੀ ਤੇ ਜੇ ਹੁਣ ਉਹ ਕੁੜੀ ਨੇ ਕੋਈ ਗੱਲ ਕਰ ਦਿੱਤੀ ਤਾਂ 3B2 ਦੀ ਬਦਨਾਮੀ ਹੋ ਗਈ ਚਲੋ ਜੀ ਇੱਕ ਵਾਰ ਬਾਬਾ ਜੀ ਨੂੰ ਪੁੱਛਿਆ ਸੀ ਮੈਂ ਕਿਹਾ ਬਾਬਾ ਜੀ ਮੈਂ ਔਰ ਕਿਹਾ ਵੀ ਸੀਗਾ ਮੈਂ ਕਿਹਾ ਬਾਬਾ ਜੀ ਅੱਜ ਜਦੋਂ ਤੁਸੀਂ ਇਹ ਪਾਸਪੋਰਟ ਤੇ ਲੈਨੇ ਆ ਅੱਜ 8 ਤੋਂ 8-9 ਮਹੀਨੇ ਪਹਿਲਾਂ ਦੀ ਗੱਲ ਆ ਮੈਂ ਕਿਹਾ ਆਪਾਂ ਕ੍ਰਿਟਿਸਾਈਜ਼ ਹੋ ਜਾਾਂਗੇ ਇਸ ਗੱਲ ਤੇ ਹਾਂ ਮੈਂ ਕਿਹਾ ਸੀਗਾ ਬਾਬਾ ਜੀ ਨੇ ਮੈਨੂੰ ਪਤਾ ਕੀ ਜਵਾਬ ਦਿੱਤਾ ਸੀ ਕਹਿੰਦੇ ਬਾਲੇ ਯਾਰ ਮੈਂ ਕੀ ਕਰਾਂ ਕਹਿੰਦੇ ਲੋਕ ਆ ਕੇ ਮੇਰੇ ਮੂਰੇ ਕਰ ਦਿੰਦੇ ਨੇ ਮੈਨੂੰ ਲੋਕਾਂ ਦਾ ਮਨ ਰੱਖਣਾ ਪੈਂਦਾ ਠੀਕ ਹੈ ਦੇਖੋ ਇੱਕੋ ਆਸਥਾ ਲੈ ਕੇ ਆਉਂਦੇ ਨੇ ਕਹਿੰਦੇ ਮੈਂ ਫਿਰ ਕੀ ਲਿਖਦਾ ਕੀ ਆ ਮੈਂ ਲਿਖ ਦਿੰਦਾ ਉਂਗਲ ਦੇ ਨਾਲ ਵੀ ਮਹਾਰਾਜ ਇਹ ਤੇਰੇ ਬੱਚੇ ਨੇ ਹੂੰ ਠੀਕ ਆ ਮੈਂ ਲਿਖ ਦਿੰਦਾ ਵੀ ਇਹ 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 ਤੇਰੀ ਰਜਾ ਮੈਂ ਮੈਂ ਤੇਰਾ ਨਾਮ ਹੀ ਲਿਖ ਦਿੰਦਾ ਸਤਨਾਮ ਵਾਹਿਗੁਰੂ ਜਾਂ ਮੈਂ ਜੈ ਸਾਈਆਂ ਦੀ ਲਿਖ ਦਿੰਦਾ ਵੀ ਮਹਾਰਾਜ ਆਪੇ ਹੀ ਦੇਖੀ ਇਹਦੇ ਕਰਮਾ ਦੇ ਵਿੱਚ ਕੀ ਆ ਜਦੋਂ ਸੁਰਿੰਦਰ ਸਾਈਂ ਕੋ ਸ਼ਕਾਰੀ ਨਹੀਂ ਸਕਦੇ ਸਾਰਾ ਕੁਝ ਮਹਾਰਾਜ ਨੇ ਕਰਨਾ ਮਹਾਰਾਜ ਨੂੰ ਪਤਾ ਆ ਫਿਰ ਉਹ ਪਾਸਪੋਰਟ ਫੜਦੇ ਕਾ ਤੇ ਲੋਕਾਂ ਦੇ ਹੱਥਾਂ ਦੇ ਵਿੱਚ ਹਨਾ ਉਹ ਤਾਂ ਲੋਕਾਂ ਨੂੰ ਧੋਖਾ ਦੇਣ ਵਾਲੀ ਗੱਲ ਆ ਨਾ ਪੰਜਾਬੀ ਵਿੱਚ ਕਹਿੰਦੇ ਨੇ ਹੁੰਦੇ ਕਿ ਕੰਮ ਨਹੀਂ ਕਰਨਾ ਹੈਗਾ ਬਸ ਲਾਰੇ ਲਈ ਜਾਣੇ ਬੰਦੇ ਨੂੰ ਹਨਾ ਖਰਾਬ ਕਰਨਾ ਆ ਉਹਨੂੰ ਨਾਂ ਵੀ ਨਹੀਂ ਕਰਨੀ ਕਿਉਂ ਕਿ ਉਹ ਕਿਤੇ ਹੋਰ ਜਾਵੇ ਉਹਨੂੰ ਫਸਾ ਕੇ ਵੀ ਰੱਖਣਾ ਆਪਣੇ ਤੱਕੇ ਹੈ ਨਾ ਵੀ ਹਾਂ ਵੀ ਫਸਿਆ ਰਵੇ ਕਿਸੇ ਲਾਲਚ ਨੂੰ ਕਿਸੇ ਹੋਪ ਦੇ ਵਿੱਚ ਕਿਸੇ ਆਸ ਦੇ ਵਿੱਚ ਇਹ ਤਾਂ ਮਾੜੀ ਚੀਜ਼ ਹੈ ਨਾ ਗਲਤ ਗੱਲ ਆ ਨਾ ਆਪਣੇ ਭਗਤਾਂ ਦੇ ਨਾਲ ਐਦਾ ਕਰਨੀ ਉਹਨਾਂ ਨੂੰ ਧੋਖੇ ਚ ਰੱਖਣਾ ਅਸੀਂ ਹੁਣ ਗੁਰਦੁਆਰਾ ਸਾਹਿਬ ਵੀ ਜਾਂਦੇ ਆ ਅਸੀਂ ਮੰਦਰਾਂ 'ਚ ਵੀ ਜਾਂਦੇ ਆ ਅਸੀਂ ਮਸਜਿਦਾਂ 'ਚ ਜਾਂਦੇ ਆ ਕਿਹਾ ਅਸੀਂ ਜੋ ਜਾਂਦੇ ਆ ਸਾਰੀਆਂ ਸਾਡੀਆਂ ਖੁਸ਼ੀਆਂ ਪੂਰੀ ਹੋ ਜਾਂਦੀਆਂ ਸਾਰੀਆਂ ਤਾਂ ਨਹੀਂ ਹੁੰਦੀਆਂ ਪਰ ਛੱਡ ਦੋ ਗੁਰਦੁਆਰੇ ਵੀ ਛੱਡ ਦੋ ਮਸਜਿਦ ਵੀ ਯਾਰ ਤੁਸੀਂ ਤਾਂ ਬੜੇ ਸੈਲਫਿਸ਼ ਹੋ ਗਏ ਦਿਮਾਗ ਦੇਖੋ ਇਸ ਬੰਦੇ ਦਾ ਉਮਰ ਚ ਮੇਰੇ ਤੋਂ ਕਾਫੀ ਵੱਡਾ ਹੋਣਾ ਵੈਸੇ ਇਹ ਪਰ ਕਿੰਨੀ ਮੂਰਖਤਾ ਵਾਲੀ ਗੱਲ ਆ ਹਨਾ ਗੁਰਦੁਆਰਿਆਂ ਦਾ ਕੰਪੈਰੀਜ਼ਨ ਇਹ ਬੰਦਾ ਸੁਰਿੰਦਰ ਸਾਈਂ ਦੇ ਡੇਰੇ ਦੇ ਨਾਲ ਕਰਦਾ ਪਿਆ ਆ ਛੋਟੀ ਚੀਜ਼ ਇਹ ਇਹਨੂੰ ਕੀ ਕਵਾਂਗੇ ਦਿਮਾਗ ਵਾਲੇ ਬੰਦੇ ਨੂੰ ਅੱਜ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣੇ ਆ ਇਹਨਾਂ ਨੇ ਸੈਕੰਡ ਵੀਡੀਓ ਪਾਈ ਵੀ ਤੁਹਾਨੂੰ ਸਾਰੇ ਦੱਸਾਂ ਆ ਸਿਖਾਉਂਦਾ ਖੱਲੇ ਕਮੈਂਟ ਕਰਤੇ ਦੇਖੋ ਜਿਨ੍ਹਾਂ ਦੀ ਆਸਥਾ ਹੈ ਜਿਨ੍ਹਾਂ ਦਾ ਜਿਹੜੇ ਮੰਨਦੇ ਨੇ ਉਹਨਾਂ ਨੂੰ ਗੁੱਸਾ ਲੱਗਿਆ ਉਹਨਾਂ ਨੇ ਗਲਤ ਕਮੈਂਟ ਕਰਤੇ ਮੈਂ ਨਹੀਂ ਕਹਿੰਦਾ ਕਰਨੇ ਚਾਹੀਦੇ ਨਹੀਂ ਕਰਨੇ ਚਾਹੀਦੇ ਗਲਤ ਕਮੈਂਟ ਕਿਸ ਦੀ ਤੀਤਿਆਣੀਆ ਨਹੀਂ ਕਰਨੇ ਚਾਹੀਦੇ ਗਲਤ ਕਮੈਂਟ ਹਨਾ ਜੇ ਜੇ ਸਮਝਾਉਣਾ ਵੀ ਜਮ ਹੁਣ ਮੈਂ ਵੀ ਤਾਂ ਗੱਲ ਕਰ ਹੀ ਰਿਹਾ ਨਾ ਜ਼ਰੂਰੀ ਤਾਂ ਨਹੀਂ ਕਿਸ ਨੂੰ ਗਾਲ ਕੱਢ ਕੇ ਆਪਾਂ ਸਮਝਾਵਾਂਗੇ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਹੁਣ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਸੱਚੇ ਪਾਤਸ਼ਾਹ ਦਾ ਹੁਣ ਜੇ ਮੈਂ ਕਹਾ ਕਿ ਕੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਇਹ ਸਿਖਾਉਂਦੇ ਨੇ ਹੂੰ ਵੇ ਤੁਸੀਂ ਇੱਕ ਇੱਕ ਜਗ੍ਹਾ ਤੇ 2 ਸਾਲ ਪਹਿਲਾਂ ਜਾਣੇ ਹੋ ਹਮ ਠੀਕ ਆ ਵਿਦਾਊਟ ਇਨਵੀਟੇਸ਼ਨ ਹਮ ਕਿਸੇ ਨੇ ਇਨਵੀਟੇਸ਼ਨ ਨਹੀਂ ਕਰਕੇ ਬੁਲਾਇਆ ਤੂੰ ਆ ਜਾ ਉਹ ਕੁੜੀ ਤਾਂ ਬਾਬੇ ਕੋਲ ਬਿਨਾਂ ਕਿਸੇ ਇਨਵੀਟੇਸ਼ਨ ਤੋਂ ਚਲੀ ਗਈ ਸੀ ਤੇ ਬਾਕੀਆਂ ਨੂੰ ਬਾਬਾ ਇਨਵੀਟੇਸ਼ਨ ਦੇ ਕੇ ਬੁਲਾਉਂਦਾ ਆ ਇਹ ਕੀ ਗੱਲ ਆ ਬਾਰ ਬਾਰ ਇਨਵੀਟੇਸ਼ਨ ਦੇ ਕੇ ਸਦਿਆ ਨਹੀਂ ਇਨਵੀਟੇਸ਼ਨ ਦੇ ਕੇ ਸਦਿਆ ਨਹੀਂ ਰੱਬ ਦਾ ਘਰ ਆ ਜੇ ਤੁਸੀਂ ਕਹਿੰਦੇ ਆ ਉਹ ਉਹ ਰੱਬ ਦਾ ਘਰ ਆ ਉੱਥੇ ਹਰ ਕੋਈ ਜਾ ਸਕਦਾ ਆ ਇਨਵੀਟੇਸ਼ਨ ਦੀ ਕੀ ਲੋੜ ਸੀਗੀ ਇਹ ਕਿੱਦਾਂ ਦੀ ਗੱਲ ਆ ਕਿੰਨਾ ਯਾਰ ਨਿਆਣੇ ਵਾਲਾ ਦਿਮਾਗ ਬੰਦੇ ਦਾ ਤੇ ਉਪਰੋਂ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਤੁਹਾਨੂੰ ਆ ਸਿਖਾਉਂਦੇ ਆ ਉਦਾਂ ਇਹ ਬੰਦਾ ਕਹਿੰਦਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਆ ਤੇ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹਨਾਂ ਦੀ ਬਾਣੀ ਮੰਨਦੇ ਆ ਤੁਸੀਂ ਗੁਰੂਆਂ ਨੂੰ ਮੰਨਦੇ ਆ ਤੇ ਫੇ ਤੁਸੀਂ ਕਿੱਦਾਂ ਕਿੰਤੂ ਪ੍ਰੰਤੂ ਕਰ ਸਕਦੇ ਆ ਕਿਸੇ ਗੁਰੂ ਦੀ ਸਿੱਖ ਦੇ ਉੱਪਰ ਉਹ ਵੀ ਇਦਾਂ ਦੇ ਸਿੰਘ ਦੇ ਉੱਪਰ ਉਹ ਵੀ ਸਿੱਖ ਹੋ ਕੇ ਕੋਈ ਹੋਰ ਕਮਿਊਨਿਟੀ ਤੋਂ ਹੋਵੇ ਤਾਂ ਬੰਦਾ ਸਮਝ ਸਕਦਾ ਵੀ ਹਾਂ ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਜਾਂ ਇਹ ਬਾਹਰੋਂ ਆਏ ਇਹਨਾਂ ਨੂੰ ਨਹੀਂ ਪਤਾ ਹੈਗਾ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਹੋ ਕੇ ਸਿੱਖ ਹੋ ਕੇ ਤੁਸੀਂ ਕਿਦਾਂ ਇੰਨੀਆਂ ਬਚਕਾਨੀਆਂ ਗੱਲਾਂ ਕਰ ਸਕਦੇ ਆ ਉਹ ਵੀ ਸੁਰਿੰਦਰ ਸਾਈਂ ਦੇ ਕਰਕੇ ਤੁਹਾਨੂੰ ਇੰਨਾ ਦੁੱਖ ਲੱਗਾ ਕਿ ਤੁਸੀਂ ਹਾਂ ਆਪਣੇ ਗੁਰੂਆਂ ਦੇ ਜਿਹੜੇ ਸੰਗ ਹੈ ਉਹਨਾਂ ਤੇ ਤੁਸੀਂ ਕਿੰਤੂ ਪ੍ਰੰਤੂ ਕਰਨ ਲੱਗੇ ਸਾਈਂ ਜੀ ਨੂੰ ਮੈਂ ਕਿਹਾ ਸੀਗਾ ਇਹ ਗੱਲ ਵੀ ਸਾਈਂ ਜੀ ਛੱਡੋ ਇਹ ਲੋਕ ਨੇ ਇੱਥੇ ਬਾਬੇ ਨਾਨਕ ਨੇ ਦੇਖੋ ਇੱਥੇ ਤਾਂ ਇਤਿਹਾਸ ਗਵਾਏ ਸਾਡਾ ਹੂੰ ਯੂਸਮਸੀਹ ਜੀ ਨੂੰ ਲੋਕਾਂ ਨੇ ਚੱਕ ਕੇ ਸੂਲੀ ਦੇ ਟੰਗ ਤਾ ਟੰਗ ਤਾਂ ਮਤਲਬ ਜਿਹੜੇ ਬੰਦੇ ਨੂੰ ਨਾ ਕਿਸੇ ਪੀਰ ਪਗੰਬਰ ਦੀ ਰਿਸਪੈਕਟ ਨਹੀਂ ਕਰਨੀ ਆਉਂਦੀ ਉਹ ਬੰਦਾ ਆ ਕੇ ਲੱਗਾ ਆ ਇੱਥੇ ਸਰਿੰਦਰ ਸਾਈਂ ਦਾ ਵਕੀਲ ਬਣ ਕੇ ਉਹਦਾ ਪੱਖ ਰੱਖਣ ਪਹਿਲਾਂ ਬੋਲਣਾ ਤਾਂ ਸਿੱਖ ਲੋ ਠੀਕ ਆ ਗੁਰੂ ਨਾਨਕ ਦੇਵ ਜੀ ਨੂੰ ਧੱਕੇ ਮਾਰ ਕੇ ਇਹੀ ਲੋਕਾਂ ਨੇ ਆ ਜਿਹੜੇ ਟ੍ਰੋਲ ਕਰਦੇ ਨੇ ਇਹੀ ਲੋਕਾਂ ਨੇ ਧੱਕੇ ਮਾਰ ਕੇ ਪਿੰਡ ਚੋਂ ਕੱਢਤਾ ਅੱਜ ਅੱਜ ਗੁਰੂ ਨਾਨਕ ਦੇਵ ਜੀ ਨੂੰ ਪੂਜਦੇ ਨੇ ਬਾਬੇ ਨਾਨਕ ਨੇ ਤਾਂ ਸੱਜਣ ਠਾਕ ਤੇ ਕੋੜ ਦੇ ਰਾਖਸ਼ ਵਰਗਿਆਂ ਦਾ ਵੀ ਆਧਾਰ ਕੀਤਾ ਸੀਗਾ ਠੀਕ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 28 ਪਰਿਵਾਰ ਦੇ ਮੈਂਬਰ ਬਾਹਰ ਤੇ ਆਪਣੇ ਚਾਰ ਸਹਬਜ਼ਾ ਦੇ ਬਾਰਤੇ ਪੂਰਾ ਪਰਵਾਟ ਟੱਬਰ ਵਾਰਤਾ ਚੱਕਣ ਵਾਲੇ ਉਹਨਾਂ ਤੇ ਵੀ ਸਵਾਲ ਚੱਕੀ ਜਾਂਦੇ ਨੇ ਇਹ ਦੁਨੀਆ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਬਾਈ ਜੀ ਸਵਾਲ ਵੀ ਤੁਹਾਡੇ ਅਰਗੇ ਬੰਦੇ ਚੱਕਦੇ ਆ ਜਦੋਂ ਤੁਹਾਨੂੰ ਇੰਨੀ ਗੱਲ ਦਾ ਪਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਐਨੇ ਜੀ ਜਿਹੜੇ ਆ ਉਹ ਕੌਮ ਦੇ ਉੱਪਰੋ ਬਾਰ ਦਿੱਤੇ ਆ ਤੁਸੀਂ ਫੇਰ ਇੱਕ ਨਾ ਡੇਰੇ ਦੇ ਸਾਧ ਨੂੰ ਡਿਫੈਂਡ ਕਰਨ ਆ ਗਏ ਆ ਤੁਹਾਨੂੰ ਫੇਰ ਵੀ ਨਹੀਂ ਹੈਗਾ ਵੀ ਹਾਂ ਕੌਣ ਵੱਡਾ ਆ ਜਾਂ ਕੌਣ ਕਿਹੜਾ ਗੁਰੂ ਸੱਚਾ ਆ ਕਿਹਦੇ ਲੜ ਲੱਗਣਾ ਆ ਸੀ ਕਿਹਦੇ ਨਹੀਂ ਲੱਗਣਾ ਤੁਸੀਂ ਇੱਕ ਡੇਰੇ ਦੇ ਬੰਦੇ ਨੂੰ ਡਿਫੈਂਡ ਕਰਨ ਆ ਗਏ ਆ ਜੇ ਤੁਸੀਂ ਕੋਹ ਨਾ ਦੁਨੀਆ ਨੂੰ ਖੁਸ਼ ਕਰ ਲਾਂਗੇ ਦੁਨੀਆ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਦੱਤੀ ਨੂੰ ਇੱਕ ਪਾਸੇ ਦੁਨੀਆ ਨੂੰ ਦੋ ਪਾਸੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਨੂੰ ਖੁਸ਼ ਕਰਨ ਲਈ ਆਪਣਾ ਪਰਿਵਾਰ ਨਹੀਂ ਸੀ ਵਾਰਿਆ ਤੇ ਨਾ ਹੀ ਬਾਬੇ ਨਾਨਕ ਨੇ ਦੁਨੀਆ ਨੂੰ ਖੁਸ਼ ਕਰਨ ਲਈ ਜਗ੍ਹਾ ਜਗ੍ਹਾ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਸੀਗਾ। ਇਹ ਦੋਨੇ ਪਾਸੇ ਨੂੰ ਚਲਦੀ ਆ। ਪਰ ਲੋਕਾਂ ਨੇ ਤਾਂ ਇਹ ਤੱਕ ਕਹਿਤਾ ਕਿ ਬਾਬੇ ਨੇ ਵੀਜਾ ਨਹੀਂ ਲਵਾਇਆ ਕਹਿੰਦੇ ਕਿ ਅਬ ਬਾਬੇ ਨੇ ਮੈਸੀਕੁਲੀ ਵੀ ਉੱਥੇ। ਫਿਰ ਕਹਿੰਦੇ ਕਿ ਤੂੰ ਜਾ ਕੇ ਪਹਿਲਾਂ ਜਾ ਕੇ ਦੇਖੋ ਤਾਂ ਸੇ ਉੱਥੇ ਹੈ ਕੀ ਸੱਚ ਕੀ ਆ ਯਾਰ। ਹੂੰ। ਮੈਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਬਾਜੀ ਨਹੀਂ ਤੂੰ ਨਹੀਂ ਹੈਗਾ ਝੂਠ ਬੋਲਦਾ ਐ ਤੂੰ ਜਿਹੜਾ ਬੰਦਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਨਾ ਉਹ ਐਦਾ ਡੇਰਿਆਂ ਤੇ ਨਹੀਂ ਜਾਂਦਾ ਹੈਗਾ ਉਹ ਕਿਸੇ ਵੀ ਬੰਦੇ ਨੂੰ ਉਹਦਾ ਡਿਫੈਂਡ ਕਰਨ ਲਈ ਨਹੀਂ ਆਊਗਾ ਉਹ ਗੁਰੂਆਂ ਦੇ ਉੱਪਰ ਕਿੰਤੂ ਪ੍ਰੰਤੂ ਵੀ ਨਹੀਂ ਕਰੂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਜਿਹੜੀ ਆ ਉਹ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਆ ਇੱਕ ਓੰਕਾਰ ਦੇ ਅਰਥ ਤਾਂ ਤੁਹਾਨੂੰ ਪਤਾ ਹੀ ਹੋਣਾ ਕੀ ਹੁੰਦੇ ਆ ਹਨਾ ਤੁਸੀਂ ਕੋ ਨੂੰ ਰੱਬ ਦਾ ਸ਼ਰੀਕ ਮੰਨਦੇ ਆ ਰੱਬ ਆਪੇ ਦੇਖੂਗਾ ਜੇ ਬਾਬਾ ਬਕਰਪੁਰ ਵਾਲਾ ਕੁਝ ਗਲਤ ਕੰਮ ਕਰਦਾ ਤੁਸੀਂ ਕੁਛ ਸ਼ਰੀਕ ਬਣਦੇ ਰੱਬ ਦੇ ਉਹ ਵਾਇਗੁਰੂ ਦਾ ਕੰਮ ਆਪੇ ਸਜ਼ਾ ਦੇਣਗੇ ਰੱਬ ਦਾ ਸ਼ਰੀਕ ਬਣਨਾ ਪਤਾ ਕੀ ਹੁੰਦਾ ਆ ਰੱਬ ਦਾ ਸ਼ਰੀਕ ਉਹ ਬੰਦਾ ਬਣਦਾ ਆ ਜਿਹੜਾ ਰੱਬ ਦੇ ਬਰਾਬਰ ਜਾ ਕੇ ਬਹਿ ਜਵੇ ਤੇ ਕਵੇ ਮੈਂ ਹੀ ਰੱਬ ਆ ਮੈਨੂੰ ਮੱਥਾ ਟੇਕੋ ਆ ਕੇ ਉਹਨੂੰ ਕਹਿੰਦੇ ਰੱਬ ਦਾ ਸ਼ਰੀਕ ਬਣਨਾ ਤੇ ਜਿਹੜੇ ਲੋਕੀ ਕਹਿਣ ਨਹੀਂ ਤੂੰ ਨਹੀਂ ਹੈਗਾ ਤੂੰ ਝੂਠਾ ਆ ਉਹ ਸ਼ਰੀਕ ਨਹੀਂ ਬਣਦੇ ਹੈਗੇ ਬਲੀ ਬੇ ਸਾਡੇ ਲੋਕਾਂ ਨੇ ਨਾ ਕੁਝ ਲੋਕਾਂ ਨੇ ਪੰਜਾਬ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਨੇ ਸਿੱਖ ਧਰਮ ਨੂੰ ਹੁਣ ਕਈ ਇਹਨਾਂ ਪਤਾ ਕੀ ਕਹਿਣਾ ਉਹ ਤੂੰ ਤਾਂ ਦਾੜੀ ਤੇ ਮੁੰਨਿਆ ਹੋਇਆ ਤੂੰ ਤਾਂ ਸਿੱਖੀ ਦੀ ਗੱਲੇ ਨਹੀਂ ਕਰ ਸਕਦਾ ਇੱਥੇ ਮਾਰ ਅਸੀਂ ਖਾਣੇ ਭਾਜੀ ਫਿਰ ਜੇ ਤੁਹਾਨੂੰ ਪਤਾ ਹੈ ਕਿ ਲੋਕੀ ਇਹ ਸਾਡੀ ਗੱਲ ਪੜੂਗੇ ਫਿਰ ਤੁਸੀਂ ਲੋਕਾਂ ਨੂੰ ਬੋਲਣ ਦਾ ਮੌਕਾ ਇਹਨਾਂ ਦੋ ਰੱਖ ਲੋ ਦਾੜੀ ਕੇਸ ਬਣੋ ਸਰਦਾਰ ਕਰੋ ਸਿੱਖੀ ਦੀ ਗੱਲ ਜਿੰਨੀ ਕਰਨੀ ਆ ਪਰ ਐਦਾਂ ਨਹੀਂ ਨਾ ਚੱਲਦਾ ਹੁੰਦਾ ਕਿ ਅਸੀਂ ਦਾੜੀ ਕੇਸ ਵੀ ਨਹੀਂ ਰੱਖਣੇ ਅਸੀਂ ਟੋਰਚ ਕਿੰਨੀ ਵੀ ਪੂਰੀ ਲਾਉਣੀ ਆ ਤੇ ਧਰਮ ਦੇ ਠੇਕੇਦਾਰ ਵੀ ਬਣਨਾ ਆ ਇਹ ਦੋਨੇ ਚੀਜ਼ਾਂ ਨਹੀਂ ਚੱਲਦੀਆਂ ਹੈਗੀਆਂ ਜਿਹਨੇ ਜੁੜਨਾ ਹੁੰਦਾ ਨਾ ਉਹ ਵੀ ਨਹੀਂ ਜੁੜਦਾ ਫਿਰ ਹੂੰ ਠੀਕ ਆ ਸਿੱਖੀ ਨੂੰ ਇਹਨਾਂ ਨੇ ਪੇਟੈਂਟ ਕਰਾ ਲਿਆ ਕੁਝ ਲੋਕਾ ਹੈਗੇ ਆ ਜਿਨ੍ਹਾਂ ਨੇ ਸਿੱਖੀ ਦੇ ਕਨਸੈਪਟ ਨੂੰ ਬਦਲ ਕੇ ਰੱਖਤਾ ਸਿੱਖੀ ਦਾ ਕਨਸੈਪਟ ਬੜਾ ਪਿਆਰਾ ਤੇ ਸਾਫ ਸੁਥਰਾ ਤੇ ਜਿਹੜਾ ਰਹਿਮ ਤੋਂ ਸ਼ੁਰੂ ਹੁੰਦਾ ਦਰਿਆ ਦਲੀ ਤੋਂ ਸ਼ੁਰੂ ਹੁੰਦਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਰਦਾਨਾ ਬਾਲਾ ਜੀ ਮਰਦਾਨਾ ਜੀ ਰਹੇ ਨੇ ਸਾਰੀ ਉਮਰ ਸਾਰੀ ਉਮਰ ਉਹਨਾਂ ਨੇ ਉਹਨਾਂ ਨੂੰ ਉਹਨਾਂ ਧਰਮ ਚੇਂਜ ਕਰਨ ਲਈ ਨਹੀਂ ਕਿਹਾ ਉਹਨਾਂ ਨੇ ਆਪਣਾ ਉਹ ਜਿਸ ਧਰਮ ਸੀ ਉਹੀ ਧਰਮ 'ਚ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗਨੀ ਖਾਤੇ ਨਬੀ ਖਾਨ ਰਹੇ ਆ ਉਹਨਾਂ ਨੂੰ ਇਹ ਧਰਮ ਚੇਂਜ ਕਰਨ ਨੂੰ ਕਿ ਅੱਜ ਵੀ ਮਾਛੀਵਾੜਾ ਸਾਹਿਬ ਤੇ ਉਹਨਾਂ ਦੀਆਂ ਉਹ ਰਹੀਆਂ ਵੀ ਆ। ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪੜਿਆ ਤੁਸੀਂ ਕਿ ਉਹ ਬਾਬੇ ਨਾਨਕ ਦੇ ਸਿੱਖ ਕਿੱਦਾਂ ਬਣੇ ਸੀਗੇ? ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੜਿਆ ਤੁਸੀਂ? ਇਹ ਤਾਂ ਮਸ਼ਹੂਰ ਮਸ਼ਹੂਰ ਮੈਂ ਨਾਂ ਲਿਆ ਹਨਾ ਜਿਨ੍ਹਾਂ ਨੂੰ ਸਾਰੇ ਜਾਣਦੇ ਜਿਨ੍ਹਾਂ ਦਾ ਇਤਿਹਾਸ ਤਕਰੀਬਨ ਸਾਰਿਆਂ ਨੇ ਪੜਿਆ ਹੀ ਹੁੰਦਾ। ਹੋਰ ਵੀ ਬਥੇਰੇ ਸੈਖਿਆ ਜਿਹੜੇ ਗੁਰੂ ਦੇ ਸਿੰਘ ਬਣ ਗਏ ਸੀਗੇ। ਮਤਲਬ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਐਗਜ਼ਾਮਪਲ ਮਿਲ ਜਾਣੀ ਆ ਪਰ ਤੁਸੀਂ ਯੂਜ਼ ਉਹ ਕਰਨੀ ਆ ਜਿਹੜੀ ਸਾਡੇ ਤੇ ਕਾਲਮ ਲਾ ਕੇ ਇਹਨਾਂ ਦੀ ਵੀਡੀਓ ਚ ਕੁਝ ਨਹੀਂ ਨਿਕਲਿਆ ਹੈਗਾ ਕੋਈ ਗੱਲ ਦਾ ਮੂੰਹ ਸਿਰ ਪੈਰ ਨਹੀਂ ਹੈਗਾ ਤੇ ਬਾਕੀ ਹੋਰ ਵੀ ਬਥੇਰੇ ਬੰਦੇ ਆਇਆ ਬਾਬੇ ਦੇ ਹੱਕ ਦੇ ਵਿੱਚ ਬਾਬੇ ਲਈ ਇੰਟਰਵਿਊ ਦੇਣ ਹਨਾ ਬਾਬੇ ਦੇ ਲਈ ਸਫਾਈ ਪੇਸ਼ ਕਰਨ ਤੇ ਬਾਕੀ ਕਿਸੇ ਦੀ ਗੱਲ ਚ ਕੁਝ ਨਹੀਂ ਹੈਗਾ ਐਮੀ ਹਨਾ ਇਹਨਾਂ ਦੇ ਮਗਰ ਨਾਲ ਲੱਗੂ ਕਿਸੇ ਦੇ ਵੀ ਆਪਣਾ ਜਿਹੜਾ ਮੰਦੇ ਆ ਆਪਣੇ ਹਾਂ ਇਹਨਾਂ ਦੀ ਇਹ ਗੱਲ ਬਹੁਤ ਹੁੰਦੀ ਹੈ ਨਾ ਉਹ ਕਿਹੜਾ ਕਿਸੇ ਨੂੰ ਕਹਿੰਦੇ ਧਰਮ ਕਨਵਰਟ ਕਰਨ ਨੂੰ ਉਹ ਕਹਿੰਦੇ ਜੇ ਤੁਸੀਂ ਸੈਖਾਂ ਦਾ ਸੈ ਕਰੋ ਜੇ ਤੁਸੀਂ ਹਿੰਦੂ ਆ ਤਾਂ ਹਿੰਦੂ ਰਹੋ ਜੇ ਤੁਸੀਂ ਮੁਸਲਮਾਨ ਆ ਤਾਂ ਮੁਸਲਮਾਨ ਰਹੋ ਇਹੀ ਗੱਲ ਤਾਂ ਸਾਡੇ ਗੁਰੂ ਵੀ ਕਹਿੰਦੇ ਆ ਫਿਰ ਅਸੀਂ ਬਾਬੇ ਦੀ ਕਿਉਂ ਸੁਣੀਏ ਬਾਬੇ ਨੇ ਕਿਹੜੀ ਇਦਾਂ ਦੀ ਨਵੀਂ ਗੱਲ ਕਹਿਤੀ ਵੀ ਦੁਨੀਆ ਦਾ ਉਧਾਰ ਹੋ ਗਿਆ ਹਨਾ ਕੋਈ ਨਵੀਂ ਚੀਜ਼ ਕੱਢ ਦਿੱਤੀ ਬਾਬੇ ਨੇ ਹੁਣ ਐਦਾਂ ਦਾ ਕੋਈ ਕੌਸ਼ ਨਹੀਂ ਹੈਗਾ ਇਹਨਾਂ ਦੇ ਮਗਰ ਨਾ ਲੱਗੋ ਬਾਅਦ 'ਚ ਫਿਰ ਹੁੰਦੇ ਆ ਲੋਕੀ ਜਦੋਂ ਆਪਣਾ ਸਾਰਾ ਕੁਝ ਗਵਾ ਬੈਠਦੇ ਆ ਉਦੋਂ ਚੰਗਾ ਹੈ ਆਪਣੇ ਘਰੇ ਰਹੋ ਆਪਣੇ ਰੱਬ ਨੂੰ ਮੰਨੋ ਆਪਣਾ ਪੂਜਾ ਪਾਠ ਕਰੋ ਤੇ ਖੁਸ਼ ਰਹੋ ਤੇ ਬਾਕੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਓ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਈਓ ਤੇ ਬਾਕੀ ਜੇ ਤੁਸੀਂ ਮੈਨੂੰ ਇੰਸਟਾ ਤੇ ਫੋਲੋ ਕਰਨਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਲਿੰਕ ਹੈਗਾ ਇੰਸਟਾ ਦਾ ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਆਂ ਤੇ ਮੇਰੀ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ so much okay bye